ਸੋ ਵੀਵਰਸ ਸਪੀਕਿੰਗ ਦੇ ਟਾਪਿਕ ਇਸ ਵੀਡੀਓ ਵਿੱਚ ਅਸੀਂ ਕਵਰ ਕਰਾਵਾਂਗੇ ਸਾਰੇ ਜਿੰਨੇ ਵੀ ਕਿਊ ਕਾਰਡਸ ਤੁਹਾਨੂੰ ਆਉਂਦੇ ਕਿਊ ਕਾਰਡ ਦੀ ਨਵੀਂ ਸੀਰੀਜ਼ ਜਿਹੜੀ ਸਟਾਰਟ ਕੀਤੀ ਆ ਸੋ ਸਾਡਾ ਚੈਨਲ ਵਿਜ਼ਡਮ ਐਜੂਕੇਸ਼ਨ ਪੁਆਇੰਟ ਆਰ ਡੀ ਸੀ ਇਹਨੂੰ ਫੋਲੋ ਕਰੋ ਤੇ ਸਬਸਕ੍ਰਾਈਬ ਕਰੋ ਤੇ ਜਿੰਨੀਆਂ ਵੀ ਆਰਸ ਨਾਲ ਰਿਲੇਟਡ ਵੀਡੀਓਜ਼ ਆ ਉਹਨਾਂ ਸਾਰੀਆਂ ਨੂੰ ਜਾ ਕੇ ਚੈੱਕ ਕਰੋ ਦੇਖੋ ਤੇ ਇਹਨਾਂ ਇਹਨਾਂ ਵੀਡੀਓ ਕਿਊ ਕਾਰਡਸ ਦੀਆਂ ਵੀਡੀਓ ਵਿੱਚ ਅਸੀਂ ਉਹ ਟਾਪਿਕਸ ਜਿਹੜੇ ਮੋਸਟ ਇੰਪੋਰਟੈਂਟ ਟਾਪਿਕ ਹੈ ਜਿਹੜੇ ਬਾਰ-ਬਾਰ ਪੇਪ ਐਗਜ਼ਾਮਸ ਦੇ ਵਿੱਚ ਆਉਂਦੇ ਆ ਉਹ ਲਵਾਂਗੇ ਸੋ ਹੁਣ ਤੁਹਾਨੂੰ ਪਤਾ ਹੀ ਆ ਕਿ ਸਾਨੂੰ ਕਿਊ ਕਾਰ ਜਨਰਲ ਫਾਰਮੈਟ ਦੇ ਵਿੱਚ ਕਿਊ ਕਾਰਡ ਦਿੱਤਾ ਜਾਂਦਾ ਹੈ ਤੇ ਉਹਦੇ ਕਿਊਜ਼ ਹੁੰਦੇ ਆ ਮਤਲਬ ਕਿ ਉਹਦੇ ਕੁਐਸਚਨਸ ਹੁੰਦੇ ਆ ਜਿਨ੍ਹਾਂ ਦੇ ਅਕੋਰਡਿੰਗ ਹੀ ਅਸੀਂ ਆਨਸਰ ਬਣਾਉਣਾ ਹੁੰਦਾ ਹੈ ਸਾਨੂੰ ਕਿੰਨਾ ਟਾਈਮ ਹੁੰਦਾ ਹੈ ਸਾਡੇ ਕੋਲ 2 ਮਿੰਟ ਦਾ ਟਾਈਮ ਹੁੰਦਾ ਹੈ ਇਹਨੂੰ ਬੋਲਣ ਦੇ ਲਈ ਜਨਰਲੀ ਦੋ ਹੀ ਹੁੰਦੇ ਆ ਬਟ ਐਗਜ਼ਾਮੀਨਰ ਤੁਹਾਨੂੰ ਦੋ ਤੋਂ ਪਹਿਲਾਂ ਵੀ ਸਟਾਪ ਕਰ ਸਕਦਾ ਅਗਰ ਤੁਹਾਡੀ ਜਿਹੜੀ ਆ ਰੈਲੇਵੈਂਟ ਰੈਲੇਵੈਂਸੀ ਮੇਨਟੇਨ ਨਹੀਂ ਰਹਿੰਦੀ ਹੈਗੀ ਸੋ ਸਾਡੀ ਟਿਪਸ ਤਾਂ ਇਹੀ ਆ ਕਿ ਫਰਸਟ ਮਿੰਟ ਦੇ ਵਿੱਚ ਤੁਸੀਂ ਕੀ ਕਰੋ ਆਪਣੇ ਸਾਰੇ ਆਨਸਰ ਕਵਰ ਕਰ ਲਓ ਉਸ ਤੋਂ ਬਾਅਦ ਵਿੱਚ ਜਿਹੜੀ ਵੀ ਆਪਣੀ ਤੁਹਾਡੀ ਸਟੋਰੀ ਆ ਨਾ ਉਹ ਥਰਡ ਕੁਐਸਚਨ ਤੇ ਆਉਂਦਿਆਂ ਤੇ ਸਾਰੀ ਤੁਹਾਡੀ ਸਟੋਰੀ ਕਵਰ ਹੋ ਜਾਣੀ ਚਾਹੀਦੀ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਕਰੂ ਮੈਂ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਇਹ ਸਾਰਾ ਕਿਊ ਕਾਰਡ ਜਿਹੜਾ ਆ ਉਹ ਬਣਾ ਕੇ ਸਮਝਾਉਂਗਾ ਕੀਕ ਸੋ ਇਹਦੇ ਵਿੱਚ ਦੇਖੋ ਹੁਣ ਸਭ ਤੋਂ ਜਨਰਲ ਕੀ ਹੈ ਡਿਸਕ੍ਰਾਈਬ ਅ ਗੋਲ ਦੈਟ ਯੂ ਅਚੀਵਡ ਵਿਚ ਵਾਸ ਸੈਟ ਬਾਈ ਯੂ ਹੁਣ ਗੋਲ ਦੇ ਨਾਲ ਇੱਕ ਕਿਊ ਕਾਰਡ ਆ ਇਹ ਕਿਉਂਕਿ ਕਾਫੀ ਜ਼ਿਆਦਾ ਮਲਟੀਪਲ ਟਾਈਮਸ ਮੈਂ ਦੇਖਿਆ ਹੈ ਕਿ ਗੋਲ ਦੇ ਨਾਲ ਜਾਂ ਐਮਬੀਸ਼ਨ ਕਈ ਵਾਰੀ ਦਿੱਤਾ ਹੁੰਦਾ ਸੋ ਐਮਬੀਸ਼ਨ ਦੈਟ ਯੂ ਸੈਟ ਜਾਂ ਐਮਬੀਸ਼ਨ ਹੈਡ ਅਲੋਂਗ ਹੈਵ ਫਰੋਮ ਅ ਲੌਂਗ ਟਾਈਮ ਇਸ ਤਰੀਕੇ ਨਾਲ ਆਪਾਂ ਨੂੰ ਦਿੱਤਾ ਹੁੰਦਾ ਹੈ ਕਿ ਕਾਫੀ ਦੇਰ ਦਾ ਵਿਸ਼ੇ ਨੇ ਜਾਂ ਤੁਸੀਂ ਅਚੀਵ ਕਰ ਲਿਆ ਸੋ ਇਸ ਤਰੀਕੇ ਦਾ ਕਿਊ ਕਾਰਡ ਆਪਾਂ ਕਿੱਦਾਂ ਕਰਨਾ ਇਹਦੇ ਵਿੱਚ ਕੁਐਸਚਨ ਦੇਖੋ ਕਿਹੜੇ ਕਿਹੜੇ ਸਾਨੂੰ ਪੁੱਛੇ ਆ what it was ਠੀਕ ਹੈ ਉਹ ਕਿਹੜਾ ਸੀ when did you set it ਕਦੋਂ ਤੁਸੀਂ ਸੈੱਟ ਕੀਤਾ ਗੋਲ how did you achieve it ਕਿਸ ਤਰੀਕੇ ਨਾਲ ਅਚੀਵ ਕੀਤਾ एक्सप्लेन हाउ ਇਟ ਇਨਫਲੂਐਂਸਡ ਯੂਰ ਲਾਈਫ ਇਸ ਤਰੀਕੇ ਨਾਲ एक्सप्लेन हाउ ਇਟ ਇਨਫਲੂਐਂਸਡ ਯੂਰ ਲਾਈਫ ਇਸਨੇ ਤੁਹਾਡੀ ਲਾਈਫ ਨੂੰ ਕਿਵੇਂ ਇਨਫਲੂਐਂਸ ਕੀਤਾ ਜਾਂ ਕਿਵੇਂ ਪ੍ਰਭਾਵਿਤ ਕੀਤਾ ਸੋ ਸਭ ਤੋਂ ਪਹਿਲਾਂ ਕੀ ਕਰਨਾ ਤੁਸੀਂ ਇਹਦਾ ਸੈਂਟ ਇਹਦਾ ਟੈਂਸ ਦੇਖਣਾ ਕਿ ਕਿਹੜੇ ਫਾਰਮੈਟ ਵਿੱਚ ਤੁਹਾਨੂੰ ਪੁੱਛਿਆ ਗਿਆ ਹੈ ਕੁਐਸਚਨ ਪੁੱਛਿਆ ਗਿਆ ਹੈ ਜੇ ਪ੍ਰੈਜ਼ੈਂਟ ਵਿੱਚ ਪੁੱਛਿਆ ਗਿਆ ਤਾਂ ਆਨਸਰ ਵੀ ਪ੍ਰੈਜ਼ੈਂਟ ਦੇ ਅਕੋਰਡਿੰਗਲੀ ਹੀ ਦੇਣਾ ਹੈ ਜੇ ਤੁਹਾਨੂੰ ਜਿਹੜਾ ਜਿਵੇਂ ਬਾਸ ਲੱਗਾ ਹੋਇਆ ਪਾਸਟ ਵਿੱਚ ਪੁੱਛਿਆ ਗਿਆ ਤਾਂ ਆਨਸਰ ਵੀ ਤੁਸੀਂ ਉਹਦੇ ਅਕੋਰਡਿੰਗਲੀ ਹੀ ਦੇਣਾ ਹੈ ਸੋ ਸਭ ਤੋਂ ਪਹਿਲਾਂ ਅਸੀਂ ਜਨਰਲ ਲਾਈਨ ਜਨਰਲ ਲਾਈਨ ਅਸੀਂ ਬੋਲਣੀ ਹੁੰਦੀ ਹੈ ਇੱਕ ਠੀਕ ਹੈ ਜਨਰਲ ਲਾਈਨ ਫਿਰ ਫਸਟ ਕੁਐਸਚਨ ਦਾ ਆਨਸਰ ਸੈਕਿੰਡ ਥਰਡ ਐਂਡ ਇਸ ਤਰੀਕੇ ਦੇ ਨਾਲ ਆਪਾਂ ਸੋਲਵ ਔਨ ਕਰਨਾ ਤੇ ਟਾਈਮ ਵੀ 2 ਮਿੰਟ ਦਾ ਪੂਰਾ ਕਰਨਾ ਹੈ ਠੀਕ ਹੈ ਸੋ ਹੁਣ ਅਸੀਂ ਇਹ ਸਟਾਰਟ ਕਰਦੇ ਹਾਂ ਕਿਉਂ ਤੁਹਾਨੂੰ ਰਹੀ ਪਹਿਲਾਂ ਮੈਂ ਤੁਹਾਨੂੰ ਜਦੋਂ ਤੁਹਾਨੂੰ 1 ਮਿੰਟ ਦਾ ਟਾਈਮ ਦਿੱਤਾ ਜਾਂਦਾ ਨਾ ਤੁਸੀਂ ਇਹਨੂੰ ਕਵਰ ਕਰਨ ਦੇ ਲਈ ਇਹਨੂੰ ਸੋਲਵ ਕਰ ਦੇ ਲੇ ਤਾਂ ਉਸ ਟਾਈਮ ਕੀ ਕਰੋ ਕੁਐਸਚਨ ਦੇ ਸਾਹਮਣੇ ਇਸ ਤਰੀਕੇ ਨਾਲ ਜਿੱਦਾਂ 1 ਨੰਬਰ ਲੈ ਕੇ ਤਾਂ ਉਹਦੇ ਸਾਹਮਣੇ ਹੀ ਉਹਦਾ ਆਨਸਰ ਲਿਖ ਲਓ ਬਸ ਥੋੜਾ ਇੱਕ ਇੱਕ ਟਾਪਿਕ ਹੀ ਲਿਖਣਾ ਜਿਵੇਂ ਕਿ ਵਾਟ ਇਟ ਵਾਸ ਕੀ ਸੀਗਾ ਗੋਲ ਇਹ ਸੀਗਾ ਜਿਵੇਂ ਕਿ ਮੈਂ ਹੁਣ ਬਣਾਇਆ ਹੈਗਾ ਰਿਡਕਸ਼ਨ ਆਫ ਵੇਟ ਰਿਡਿਊਸ ਵੇਟ ਰਿਡਿਊਸ ਵੇਟ ਰਿਡਿਊਸ ਕਰਨਾ ਸੀ ਜਾਂ ਵੇਟ ਲਾਸ ਕਰਨਾ ਸੀਗਾ ਵੈਨ ਡਿਡ ਯੂ ਸੈਟ ਇਟ ਕੀ ਆ ਇਹ ਲਾਸਟ ਈਅਰ ਲਾਸਟ ਈਅਰ ਕਦੋਂ ਸੈਟ ਕੀਤਾ ਲਾਸਟ ਈਅਰ ਹਾਊ ਡਿਡ ਯੂ ਅਚੀਵ ਇਟ ਕਿਸ ਤਰੀਕੇ ਨਾਲ ਤਿੰਨ ਮੇਨ ਚੀਜ਼ਾਂ ਥਰੀ ਮੇਨ ਚੀਜ਼ਾਂ ਕੀਤੀਆਂ ਕੀ ਕੀਤਾ ਜਿਮ ਦੂਜਾ ਡਾਈਟ ਤੇ ਥਰਡ ਕੀ ਕੀਤਾ ਸਲੀਪ ਤੇ ਫੋਰਥ ਕੀ ਕੀਤਾ ਆਪਣੀ ਜੋ ਵੀ ਤੁਸੀਂ ਸੈਕਰੀਫਾਈਸ ਕੀਤਾ ਸੈਕਰੀਫਾਈਸ ਦਾ ਮਤਲਬ ਕੀ ਹੈ ਤੁਸੀਂ ਸਵੀਟਸ ਛੱਡੀਆਂ ਜਾਂ ਕੁਝ ਵੀ ਕੋਈ ਵੀ ਚੀਜ਼ ਜਿਹੜੀ ਹੈ ਤੁਸੀਂ ਡਾਈਟ ਦੇ ਕਰਦੇ ਡਾਈਟ ਮੈਨੇਜ ਕਰਦੇ ਨੇ ਜੋ ਵੀ ਚੀਜ਼ ਛੱਡੀ ਹੈ ਮਿੱਠਾ ਜਾਂ ਸਵੀਟ ਛੱਡੀਆਂ ਨਾ ਜੋ ਵੀ ਆਪਣੀ ਫੇਵਰਿਟ ਚੀਜ਼ ਛੱਡੀ ਹੈ ਉਹ ਇਨਫਲੂਐਂਸ ਕਿਦਾਂ ਕੀਤਾ ਹੈ ਮੋਟੀਵੇਸ਼ਨ ਮੋਟੀਵੇਸ਼ਨ ਜਾਂ ਸੈਲਫ ਕੌਨਫੀਡੈਂਸ ਮੋਟੀਵੇਸ਼ਨ ਜਾਂ ਤੁਹਾਨੂੰ ਸੈਲਫ ਕੌਨਫੀਡੈਂਸ ਮਿਲਿਆ ਇਸ ਇਸ ਤਰੀਕੇ ਨਾਲ ਕਰਨ ਤੇ ਹੁਣ ਦੇਖੋ ਹੁਣ ਮੈਂ ਸ਼ੁਰੂ ਕਰਦਾ ਹਾਂ ਕਿਸ ਤਰੀਕੇ ਨਾਲ ਆਪਾਂ ਕਰਨਾ ਹੈ ਜਦੋਂ ਤੁਹਾਨੂੰ ਐਗਜ਼ਾਮੀਨਰ ਨੇ ਕਹਿਤਾ ਸਟਾਰਟ ਠੀਕ ਹੈ So here we start uh, describe a goal that you achieved which was set by yourself. It takes a lot of efforts and willpower to achieve any kind of ambition. I have set many goals in my life. Many times I got success, but sometimes I failed to achieve my goals. But here I would like to talk about a goal which is set by me last year. And successfully and I successfully accomplished it. The goal was to reduce weight. A year before I was in secondary school examination. henceforth my board exam I had to spend a lot of time sitting at home for study. So due to the lack of any kind of physical workout in the playground I gained approximately 10 kilograms because of my physical appearance i started losing confidence so after i took my board exams my mother motivated me a lot to go to gym so that i can regain my physical appearance so at that time i set a goal for myself to lose at least 10 kilograms at uh i took a lot of mental it took a lot of mental and physical strength to accomplish that goal because it was it, it was not easy to achieve i used to woke up at 5 a.m and go to gym the second thing i the second thing is diet i did a lot of diet i have to sacrifice my lot of habits like sweets because i love i loved sweets that time but as soon as i realized that these are bad for my health i i quit it i quit the habit of consuming sweets so the third uh, so i manage my diet uh, so i manage my diet well the uh, at last but not the least thing was the proper sleep i took approximately 7 to 8 hours sleep so that i can regain my physical shape after the gym so after 6 months i gained better physical appearance thus it influenced my life very much because after i achieved my goal i regained my confidence so it motivated the other persons also so that was the cue card is tarike naal tusi apna cue card banauna jide vich sare de sare answer tvaade cover ho jande hai thik hai agar thano kise gal da nahi pata lagga tusi innu dobara sun sakde ha te write down karke tusi tusi apne notes vi bana sakde ha eh hi story bahut vadiya hai tusi eh story nu apni ਜਿਹੜੀ ਆ ਬੁੱਕ ਦੇ ਵਿੱਚ ਲੈ ਕੇ ਵੀ ਆ ਸਕਦੇ ਆ ਤੁਸੀਂ ਇਹਨੂੰ ਯੂਜ਼ ਵੀ ਕਰ ਸਕਦੇ ਆ ਸੋ ਥੈਂਕ ਯੂ ਸਾਡਾ ਚੈਨਲ ਵਿਜ਼ਡਮ ਐਜੂਕੇਸ਼ਨ ਪੁਆਇੰਟ ਆਰਡੀਸੀ ਫੋਲੋ ਕਰੋ ਇਹਨੂੰ ਸਬਸਕ੍ਰਾਈਬ ਕਰੋ ਤੇ ਸਪੀਕਿੰਗ ਦੇ ਟਾਪਿਕਸ ਦੀਆਂ ਜਾਂ ਹੋਰ ਆਰਸ ਦੀਆਂ ਵੀਡੀਓਜ਼ ਨੂੰ ਦੇਖਣ ਦੇ ਲਈ ਵੀ ਇਹਨੂੰ ਫੋਲੋ ਕਰੋ ਥੈਂਕ ਯੂ